ਜਾਂਦਾ ਹੈ। ਉਹ ਹਿਰਨੀ ਦਾ ਸ਼ਿਕਾਰ ਕਰਦਾ ਹੈ। ਜਦੋਂ ਉਹ ਉਸਦੇ ਕੋਲ ਜਾਂਦਾ ਹੈ ਤਾਂ ਉਹ ਦੇਖਦਾ ਹੈ ਕਿ ਹਿਰਨੀ ਦੇ ਦੋ ਨਵਜਨਮੇ ਬੱਚੇ ਉਸਦੇ ਸਾਹਮਣੇ ਦਮ ਤੋੜ ਦਿੰਦੇ ਹਨ, ਜਿਨ੍ਹਾਂ ਨੂੰ ਤੜਫ ਤੜਫ ਕੇ ਮਰਦਾ ਉਹ ਦੇਖ ਨਾ ਸਕਿਆ ਤੇ ਆਪਣੇ ਕਾਨਿਆਂ ਦੇ ਥੋੜੇ ਸੀ ਤੇ ਕਮਾਨ ਵੀ ਜ਼ੋਰੀ ਸੀ। ਯਾਨੀ ਹਾਲੇ ਉਸਨੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਿਆ ਹੀ ਸੀ ਕਿ ਇੱਕ ਗਰਭ ਦੀ ਹਿਰਨੀ ਦੇ ਸ਼ਿਕਾਰ ਦੀ ਮੰਦਭਾਗੀ ਘਟਨਾ ਨੇ ਉਸਦੇ ਮਨ ਤੇ ਬਹੁਤ ਡੂੰਘਾ ਅਸਰ ਕੀਤਾ। ਉਸਨੇ ਘਰ ਬਾਰ ਤਿਆਗ ਕੇ ਵੈਰਾਗੀ ਬਣਨ ਦਾ ਮਨ ਬਣਾ ਲਿਆ। ਉਨੀ ਦਿਨੀ ਉਹਨਾਂ ਦੇ ਪਿੰਡ ਕਸ਼ਮੀਰ ਜਾਣ ਵਾਲੇ ਵੈਰਾਗੀਆਂ ਦਾ ਇੱਕ ਟੋਲਾ ਆਇਆ ਹੋਇਆ ਸੀ। ਉਹਨਾਂ ਵਿੱਚੋਂ ਇੱਕ ਜਾਨਕੀ ਪ੍ਰਸਾਦ ਨਾਂ ਦਾ ਵੈਰਾਗੀ ਸੀ ਜੋ ਕਿ ਉਸ ਟੋਲੇ ਦਾ ਮੁਖੀ ਸੀ। ਕੌਣ ਹੈ ਤੂੰ? ਤੇਰੀ ਉਦਾਸੀ ਦਾ ਕੀ ਕਾਰਨ ਹੈ ਭਗਤਾ? ਜੀ ਮੈਂ ਪਾਪੀ ਹਾਂ, ਮੇਰੇ ਹੱਥੋਂ ਬਹੁਤ ਵੱਡਾ ਪਾਪ ਹੋ ਗਿਆ। ਕੀ ਪਾਪ ਹੋਇਆ ਤੇਰੇ ਕੋਲੋਂ ਭਗਤਾ? ਜੀ ਮੇਰੇ ਤੋਂ ਇੱਕ ਹਿਰਨੀ ਦਾ ਸ਼ਿਕਾਰ ਹੋ ਗਿਆ। ਉਹ ਹਿਰਨੀ ਗਰਭਵਤੀ ਸੀ ਤੇ ਉਸਦੇ ਨਵਜੰਮੇ ਬੱਚੇ ਮੇਰੀਆਂ ਅੱਖਾਂ ਸਾਹਮਣੇ ਤੜਪ ਤੜਪ ਕੇ ਮਰ ਗਏ। ਮੈਂ ਹੁਣ ਇਸ ਸੰਸਾਰ ਵਿੱਚ ਨਹੀਂ ਰਹਿਣਾ ਚਾਹੁੰਦਾ ਇਸ ਸੰਸਾਰ ਵਿੱਚ। ਮੈਂ ਆਪਣੇ ਪਾਪਾਂ ਦਾ ਪਸ਼ਚਾਤਾਪ ਕਰਨਾ ਚਾਹੁੰਦਾ। ਮੇਰੇ ਤੇ ਕਿਰਪਾ ਕਰੋ ਤੇ ਮੇਰੇ ਮਨ ਨੂੰ ਸ਼ਾਂਤੀ ਬਖਸ਼ੋ। ਲਕਸ਼ਮਣ ਦਾਸ ਨੇ ਉਸਨੂੰ ਆਪਣਾ ਗੁਰੂ ਬਣਾਉਣ ਦਾ ਮਨ ਬਣਾ ਲਿਆ ਅਤੇ ਉਸਨੂੰ ਆਪਣਾ ਗੁਰੂ ਧਾਰ ਲਿਆ। ਜਾਨਕੀ ਪ੍ਰਸਾਦ ਨੇ ਉਸਦਾ ਨਾਮ ਲਕਸ਼ਮਣ ਦਾਸ ਤੋਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਹੁਣ ਮਾਧੋ ਦਾਸ ਜਾਨਕੀ ਪ੍ਰਸਾਦ ਦੇ ਟੋਲੇ ਦਾ ਹੀ ਇੱਕ ਅੰਗ ਬਣ ਗਿਆ ਸੀ। ਕਾਫੀ ਸਮਾਂ ਬੀਤਣ ਤੇ ਵੱਖ ਵੱਖ ਥਾਵਾਂ ਦੀ ਯਾਤਰਾ ਕਰਨ ਤੋਂ ਬਾਅਦ ਜਾਨਕੀ ਪ੍ਰਸਾਦ ਤੇ ਉਸਦਾ ਟੋਲਾ ਵਿਸਾਖੀ ਦੇ ਮੌਕੇ ਤੇ ਕਸੂਰ ਦੇ ਲਾਗੇ ਰਾਮ ਥੰਮਣ ਨਾਂ ਦੇ ਉਦਾਸੀ ਦੇ ਡੇਰੇ ਪੁੱਜੇ। ਮਾਧੋ ਦਾਸ ਰਾਮ ਥੰਮਣ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਹ ਉੱਥੇ ਹੀ ਰਹਿ ਗਿਆ ਤੇ ਉਸਨੂੰ ਆਪਣਾ ਦੂਜਾ ਗੁਰੂ ਧਾਰ ਲਿਆ। ਹੁਣ ਮਾਧੋ ਦਾਸ ਵੈਰਾਗੀ ਤੋਂ ਉਦਾਸੀ ਬਣ ਗਿਆ ਸੀ। ਮਾਧੋ ਦਾਸ ਨੇ ਰਾਮ ਥੰਮਣ ਦੇ ਨਾਲ ਕਾਫੀ ਸਮਾਂ ਬਿਤਾਇਆ ਤੇ ਉਸਦੇ ਨਾਲ ਵੱਖ ਵੱਖ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ ਤੇ ਉਦਾਸੀ ਬਣ ਕੇ ਹੀ ਰਹਿਣ ਲੱਗ ਪਿਆ। ਯਾਤਰਾ ਕਰਨ ਉਪਰੰਤ ਮਾਧੋ ਦਾਸ ਨੇ ਨਾਂਦੇੜ ਦੇ ਨੇੜੇ ਗੋਦਾਵਰੀ ਦਰਿਆ ਦੇ ਕੰਢੇ ਇੱਕ ਸ਼ਾਂਤ ਤੇ ਸੁੰਦਰ ਸਥਾਨ ਤੇ ਆਪਣਾ ਟਿਕਾਣਾ ਬਣਾ ਲਿਆ ਤੇ ਆਪਣੇ ਆਪ ਨੂੰ ਇੱਕ ਪੂਰਨ ਯੋਗੀ ਸਮਝਣ ਲੱਗ ਪਿਆ। ਮਾਧੋ ਦਾਸ ਦੇ ਯੋਗ ਕੌਤਕਾਂ ਦਾ ਗਿਆਨ ਇੱਕ ਹੋਰ ਸਾਧੂ ਔਗੜਨਾਥ ਤੋਂ ਪ੍ਰਾਪਤ ਕੀਤਾ। ਜਦੋਂ ਉਹ ਰਾਮ ਥੰਮਣ ਦੇ ਨਾਲ ਸੀ, ਯਾਤਰਾ ਕਰਦੇ ਸਮੇਂ ਨਾਸਿਕ 'ਚ ਪੰਚਵਟੀ ਨਾਂ ਦੀ ਜਗ੍ਹਾ 'ਤੇ ਠਹਿਰਨ ਸਮੇਂ ਉਹ ਸਾਧੂ ਉਸਦੇ ਸੰਪਰਕ ਵਿੱਚ ਆਇਆ ਤੇ ਉਸਨੇ ਔਗੜਨਾਥ ਤੋਂ ਤੰਤਰ ਵਿੱਦਿਆ ਦਾ ਗਿਆਨ ਹਾਸਲ ਕੀਤਾ। ਹੁਣ ਮਾਧੋ ਦਾਸ ਤੰਤਰ ਵਿੱਦਿਆ ਦਾ ਬਹੁਤ ਗਿਆਨੀ ਹੋ ਗਿਆ ਸੀ ਤੇ ਉਸਦੇ ਮੱਠ ਦੇ ਚਰਚੇ ਬਹੁਤ ਦੂਰ ਦੂਰ ਤੱਕ ਹੋਣ ਲੱਗ ਪਏ ਤੇ ਉਸਦੇ ਇਹਨਾਂ ਚਮਤਕਾਰਾਂ ਕਰਕੇ ਹੀ ਦੂਰ ਦਰੇਡੇ ਤੋਂ ਲੋਕ ਉਸਦੇ ਦਰਸ਼ਨਾਂ ਲਈ ਆਉਣ ਲੱਗ ਪਏ ਸਨ। ਉਸਦੇ ਅੰਦਰ ਘਰ ਕਰਨ ਲੱਗ ਪਿਆ। ਜਦੋਂ ਕਦੇ ਕੋਈ ਸਾਧੂ ਜਾਂ ਮਹਾਂਪੁਰਸ਼ ਉਸਦੇ ਮੱਠ ਵਿੱਚ ਆਉਂਦਾ ਤਾਂ ਪਹਿਲਾਂ ਤਾਂ ਬੜੇ ਸਤਿਕਾਰ ਨਾਲ ਉਹਨਾਂ ਨੂੰ ਬਿਠਾਉਂਦਾ ਅਤੇ ਬਾਅਦ ਵਿੱਚ ਆਪਣੇ ਚਮਤਕਾਰਾਂ ਨਾਲ ਉਹਨਾਂ ਦੇ ਪਲੰਘ ਪਲਟਾ ਦਿੰਦਾ। ਉਸਦੇ ਇਹਨਾਂ ਕਾਰਨਾਮਿਆਂ ਕਰਕੇ ਹੀ ਲੋਕੀ ਉਸ ਤੋਂ ਹੁਣ ਬਹੁਤ ਜ਼ਿਆਦਾ ਘਬਰਾਉਣ ਲੱਗ ਪਏ ਸਨ। ਇਹ ਉਹੀ ਸਮਾਂ
ਹੋਣਾ ਸੀ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਂਦੇੜ ਵਿੱਚ ਹੀ ਮੌਜੂਦ ਸਨ। ਪਰ ਨਾਂਦੇੜ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਉਸ ਦੀਆਂ ਇਹਨਾਂ ਸਰਗਰਮੀਆਂ ਤੋਂ ਜਾਣੂ ਸਨ। ਜਦੋਂ ਗੁਰੂ ਜੀ ਨਾਂਦੇੜ ਪਹੁੰਚੇ ਤਾਂ ਉਹਨਾਂ ਨੇ ਉਸਦਾ ਅਹੰਕਾਰ ਖਤਮ ਕਰਨ ਦਾ ਮਨ ਬਣਾਇਆ। ਸਨ 1708 ਵਿੱਚ ਗੁਰੂ ਸਾਹਿਬ ਮਾਧੋਦਾਸ ਦੇ ਡੇਰੇ ਜਾ ਪਹੁੰਚੇ ਤੇ ਉਸਦੀ ਗੈਰ ਮੌਜੂਦਗੀ ਦੇ ਵਿੱਚ ਉਸਦੇ ਸਿੰਘਾਸਨ ਤੇ ਜਾ ਵਿਰਾਜੇ। सबक सिखाओ उसनू। उत्थे बैठे ही पलंग सने धरती नाल पटका के मारो, फिर जाके पुछो। जाके पुछा नहीं, अपनी शक्तियां भेज के पलंग सने ओनू इत्थे ही बुलावांगा। हुणे इसे वेले तुहाडे सामने ਸਜੇ ਹੁੰਦੇ ਹਨ ਤੇ ਭਾਈ ਦਇਆ ਸਿੰਘ ਜੀ ਉਹਨਾਂ ਕੋਲ ਖੜੋਤੇ ਹੁੰਦੇ ਹਨ ਤੇ ਮਾਧੋਦਾਸ ਉੱਥੇ ਪਹੁੰਚ ਕੇ ਉਹਨਾਂ ਨਾਲ ਵਾਰਤਾਲਾਪ ਕਰਦਾ ਹੈ। ਕਾਫੀ ਨਾਰਾਜ਼ ਲੱਗਦਾ ਸਾਡੇ ਤੋਂ, ਤੂੰ ਇਹੀ ਸੋਚ ਰਿਹਾ ਨਾ ਕਿ ਇਹਨਾਂ ਨੇ ਤੇਰੇ ਡੇਰੇ ਦੀ ਪਵਿੱਤਰਤਾ ਭੰਗ ਕਰ ਦਿੱਤੀ। ਮਾਫ ਕਰਨਾ ਮਹਾਰਾਜ, ਮੇਰੇ ਪਵਿੱਤਰ ਸਥਾਨ ਤੇ ਨਿਰਦੋਸ਼ ਜੀਵਾਂ ਦੀ ਹੱਤਿਆ ਹੋਈ ਹੈ। ਉਹਨਾਂ ਦੇ ਖੂਨ ਨਾਲ ਆਸ਼ਰਮ ਦੀ ਮਿੱਟੀ ਲਾਲ ਹੈ। ਹੁਣ ਮੈਂ ਇੱਥੇ ਧਿਆਨ ਨਹੀਂ ਲਗਾ ਸਕਦਾ। ਗੁਰੂ ਸਾਹਿਬ ਨੇ ਕਿਹਾ, ਇਹੀ ਤਾਂ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਬਾਹਰ ਤਾਂ ਮੁਗਲ ਨਿਰਦੋਸ਼ ਬੇਕਸੂਰ ਇਨਸਾਨਾਂ ਨੂੰ ਬੱਕਰੀਆਂ ਦੀ ਤਰ੍ਹਾਂ ਹਲਾਲ ਕਰ ਰਹੇ ਨੇ। ਉਹ ਕਿਹੜਾ ਐਸਾ ਮੰਤਰ ਹੈ ਜਿਹੜਾ ਸ਼ਰੇਆਮ ਹੋ ਰਹੇ ਅਤਿਆਚਾਰ ਵਾਲੀ ਤੇਰਾ ਧਿਆਨ ਨਹੀਂ ਜਾਣ ਦਿੰਦਾ? ਮੈਂ, ਗੁਰੂ ਸਾਹਿਬ ਨੇ ਕਿਹਾ, ਹਾਂ ਹਾਂ ਤੂੰ ਕੌਣ? ਜੀ ਮੈਂ ਤੁਹਾਡਾ ਬੰਦਾ। ਹੁਣ ਤੁਹਾਡੇ ਸਾਹਮਣੇ ਤੁਹਾਡਾ ਬੰਦਾ ਹੈ। ਹੁਣ ਤੁਸੀਂ ਆਪਣੇ ਇਸ ਬੰਦੇ ਨੂੰ ਇਹੋ ਜਿਹਾ ਸਿੰਘ ਬਣਾਓ ਜਿਹਦੀ ਤਲਵਾਰ ਕਿਸੇ ਬੇਗੁਨਾਹ ਤੇ ਉੱਠੇ ਨਾ ਤੇ ਕਿਸੇ ਪਾਪੀ ਨੂੰ ਬਖਸ਼ੇ ਨਾ। ऐसा बहादुर सिपाही बनावेंगे जिहड़ा इंसानियत दे दुश्मनां नूं लोहे दे जणे चबा लेगा। तैनूं असीं गरीबां ते मजलूमां दा सहाई खालसा बनावांगे। गुरु साहिब ने माधोदास नूं अमृत छका के उसनूं माधोदास तों बंदा सिंह बहादुर बना दिता ਤੇ ਉਸਦੀ ਸ਼ਸਤਰ ਵਿੱਦਿਆ ਦੀ ਸਿਖਲਾਈ ਵੀ ਸ਼ੁਰੂ ਕਰ ਦਿੱਤੀ। ਇੱਕ ਰਾਤ
जदों गुरु जी अपने तंबू विच आराम कर रहे सन तां वजीर खान वलों भेजे गए दो मुगल जमशेद खान ते वसील बेग उन्होंने आराम फरमा रहे गुरु साहिब उपर अचानक खंजर नाल हमला कर दिता। एक नूं तां गुरु साहिब ने उसे वक्त झटका दिता ते दूसरे नूं सिंघां ने बाहर दबोच लिया। पंजाब तो सुनेहा आया सी कि गुरु साहब दे भेजे पैगाम घर घर पहुंच गए ने। लोकी घरां दीआं छत्तां ते खड़े होके सच्चे बादशाह दी राह देख रहे ने, पर गुरु साहब दी छाती दा जख्म उन्हां नूं कोड़े दीआं लगामां नहीं फड़न दे रहा सी। इस लई उन्हां ने चुने हुए सिंघां दे इकट्ठ विच पंजां प्यारां दी सहमती नाल अपने घोड़े दे शाह सवार नूं नियुक्त करन दा फैसला सुनाया। पंजाब नूं जाण वाले जत्थे दी अगवाई बंदा सिंह बहादुर करेगा। जो हुकम गुरु साहिब जी। मैं इस नूं अपनियां कुछ सौगातां भेंट करना चाहूंगा। इह ने साडे पत्थे दे पंज तीर, किस रूप च तेरे नाल होवांगे। गुरु साहब ने फिर भाई विनोद सिंह, कान सिंह, विजय सिंह, बाज सिंह ते भाई राम सिंह नूं अग्गे बुलाया। इहने पंज प्यारे, इन्हां दे रूप च असीं हर वेले तेरे नाल होवांगे। इन्हां दी रजा च रह के तैनूं चलना पवेगा। इन्हां दे हुक्म नूं तू अटल करके मन्नेगा। जो हुक्म गुरु साहिब जी। फिर गुरु साहब ने पंजां प्यारिआं नूं समझाया, तुसी पंजां प्यारिआं ने बंदा सिंह दा ख्याल रखना है। जद कदी वी इह खालसा पंथ दी नीति तों भटके, इस नूं सही राह दे मार्ग दर्शन कराउणे। सवाल च ईमानदारी है बंदा सिंह, सानू काफी समय तो एक योद्धे की तलाश सी, इसे लिए असी तेरे पलंग ते आके विराजमान हुए सी। गुरु जी, इन्ना विश्वास दिलाउंदा हां कि मैदान जंग च बंदे दा खंडा खड़केगा जब तक तुसी आके कमान नहीं संभालदे। गुरु साहब ने कहा, जेकर असी ना आ सके ਤੁਸੀਂ ਤਾਂ ਸੋਚੀ ਪਾਈਏ, ਹੁੰਦਾ ਉਹੀ ਹੈ ਜੋ ਅਕਾਲ ਪੁਰਖ ਚਾਹੁੰਦਾ ਹੈ, ਉਸਦੀ ਮਰਜ਼ੀ ਨੂੰ ਤੁਹਾਡਾ ਹੁਕਮ ਸਮਝ ਲਵਾਂਗਾ। ਗੁਰੂ ਸਾਹਿਬ ਨੇ ਪੁੱਛਿਆ, ਸਾਡੀ ਕਮੀ ਤਾਂ ਤੈਨੂੰ ਮਹਿਸੂਸ ਹੋਵੇਗੀ। ਜੀ ਨਹੀਂ, ਮੈਂ ਤਾਂ ਸਿਰਫ ਜਿੱਥੇ ਦੀ ਅਗਵਾਈ ਕਰ ਰਿਹਾ। ਸਿੰਘਾਂ ਦੇ ਅਸਲੀ ਸੈਨਾਪਤੀ ਤਾਂ ਤੁਸੀਂ ਹੀ ਹੋ ਗੁਰੂ ਜੀ। ਇਹ ਮੈਂ ਜਾਣਦਾ ਕਿ ਤੁਸੀਂ ਸਿਰਫ ਮੇਰੇ ਹੀ ਨਹੀਂ ਬਲਕਿ ਹਰ ਸਿੰਘ ਦੇ ਅੰਗ ਸੰਗ ਰਹਿੰਦੇ ਹੋ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਕਿਹਾ, ਮੇਰਾ ਬੰਦਾ ਸਿੰਘ ਬਹਾਦੁਰ, ਤੂੰ ਵਾਕਈ ਤਿਆਰ ਬਰ ਤਿਆਰ ਹੈ। ਆ, ਤੇਰੇ ਜਾਣ ਤੋਂ ਪਹਿਲਾਂ ਅਰਦਾਸ ਕਰੀ।
ਸਿੰਘ ਬਹਾਦਰ ਸਤਿਗੁਰਾਂ ਨੇ ਬਹੁਤ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਨੂੰ ਜਾਣ ਲੱਗਾ ਸਤਿਗੁਰਾਂ ਨੇ ਬਹੁਤ ਵੱਡੀ ਲਿਸਟ ਉਹਨਾਂ ਜ਼ਾਲਮਾਂ ਦੀ ਮਾਧੋ ਦਾਸ ਵੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ 'ਚ ਫੜਾ ਕੇ ਪੰਜਾਬ ਵੱਲ ਨੂੰ ਤੁਰਨ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਕੀ ਕਿਹਾ ਇਉਂ ਬੇਨਤੀ ਕੀਤੀ ਜਾਂਦੀ ਹੈ ਜੀ ਬੰਦਾ ਸਿੰਘ ਸੂਰ ਮੈਨੂੰ ਜੋਸ਼ ਜਾਗਿਆ ਦੇਣ ਲੱਗੇ ਦਸਵੇਂ ਪਿਤਾ ਜੀ ਆਗਿਆ ਅੰਗ ਸੰਗ ਸਮਝੀ ਹਜੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਮਿੱਟੀ ਜਿਉਂਦਾ ਨਹੀਂ ਵਜ਼ੀਰ ਖਾਨ ਨੂੰ ਮਿੱਟੀ ਜਮਲਾ ਦੀ ਉਹਦੀ ਆਨ ਸ਼ਾਨ ਤੂੰ ਚੱਲਣੀ ਕਿਸੇ ਨੀ ਤੇਰੀ ਕੂਰ ਬੰਦਿਆ ਚੱਲਣੀ ਕਿਸੇ ਨੀ ਤੇਰੀ ਕੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਮਿੱਟੀ ਚ ਮਿਲਾ ਦੇ ਛੱਤੀ ਸਰਹੰਦ ਨੂੰ ਬਾਲ ਬੱਚੇ ਸਣੇ ਸੋਧੀ ਸੁੱਚਾ ਨੰਦ ਨੂੰ ਪਾਣੀ ਵਿੱਚ ਸੁੱਟ ਕੇ ਸੰਦੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਬੇਈਮਾਨ ਮਾਰੀ ਰਾਜੇ ਬਾਈ ਧਾਰ ਦੇ ਖਾ ਕੇ ਕਸਮ ਜੋ ਜਵਾਨੋ ਹਾਰ ਦੇ ਸਿਰੋਂ ਲਾ ਦੀ ਉਹਨਾਂ ਦੇ ਗਰੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਸ਼ਾਸ਼ਲ ਤੇ ਬਾਸ਼ਲ ਕਮਾਇਆ ਕਰ ਵਸਦਾ ਜਲਾਲ ਦੀਨ ਉਸੇ ਸ਼ਹਿਰ ਤੂੰ ਝਾੜ ਦੀ ਸਮਾਣੇ ਵਾਲੇ ਬੂਰ ਬੰਦਿਆ ਝਾੜ ਦੀ ਸਮਾਣੇ ਵਾਲੇ ਬੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਛੱਡਣਾ ਨੀ ਗੰਗੂ ਪਾਪੀ ਦਾ ਖਿਆਲ ਛੱਡਣਾ ਨੀ ਗੰਗੂ ਪਾਪੀ ਦਾ ਖਿਆਲ ਓਏ ਇਸੇ ਨੇ ਫੜਾਏ ਮੇਰੇ ਛੋਟੇ ਲਾਲ ਓਏ ਤੂੰ ਕਰੀ ਮਾਝੇ ਮਾਲਵੇ ਦਾ ਟੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਤੇਰੇ ਸਾਵੇਂ ਬੰਦਿਆ ਨਾ ਵੈਰੀ ਅੜੇਗਾ ਯਾਦ ਰੱਖੀ ਜਿਹੜਾ ਅੜਿਆ ਉਹ ਚੜੇਗਾ ਯੋਧਾ ਜਰਨੈਲ ਤੂੰ ਮਜੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਇੰਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਖੁਸ਼ੀਆਂ ਦੇ ਟਿਕਾਰੇ ਜਾਵੇ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਰਨਾਂ ਨੂੰ ਭਾਵ ਸਤਿ